सूबा सरकार वालों सरकारी इमारतों की उसारी लिए आए दिन ग्रांटा दित्तियां जांदियां ने ते इन्हां ग्रांटा नूं लगाए जाण ते कपड़ेबाजी दी दोष भी अक्सर ही देखे ते सुने जांदे ने। इस तरह का मामला सामने आया है दिड़वा दे पिंड खनाल खुरद विखे जिथे सरकारी प्राइमरी स्कूल कमरिया की उसारी लिए सरकारी ग्रांट आई सी ते कमरिया की उसारी का काम भी शुरू हो गया सी जिसते उंगल चुकते कुछ पिंड दे लोकां दा कहना है कि स्कूल दे अध्यापकां वालों कमरिया की उसारी विच घटिया इट्टां वरतियां जा रही ने ते पिंड दे मौजूदा सरपंच गरमोल सिंह अते ब्लाक समिती मैंबर मलकीत सिंह ने भी दोष लाए ने कि स्कूल अध्यापकां वालों ਉਹਨਾਂ ਨੂੰ ਬਿਨਾਂ ਕਿਸੇ ਪੁੱਛ ਗਿੱਛ ਦੇ ਇਹ ਕੰਮ ਕੀਤਾ ਜਾ ਰਿਹਾ ਹੈ। ਮੈਨੂੰ ਇਹਨਾਂ ਨੇ ਕਦੇ ਨਹੀਂ ਬੁਲਾਇਆ ਉਰੇ ਵੀ ਸਿਸਟਮ ਅਸੀਂ ਕਮਰੇ ਬਣਾ ਰਿਹਾ ਜਾਂ ਨਾ ਹੋਰ ਵਾਲਾ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਮੈਂ ਵੀ ਕਦੇ ਇਹਨਾਂ ਨੂੰ ਐਂ ਨਹੀਂ ਕਹਿ ਰਿਹਾ ਵੀ ਇੱਧਰ ਕਮਰੇ ਬਣਾਉਣੇ ਨੇ ਆਹ ਬਣਾਉਣੇ ਕਿਉਂਕਿ ਬੁਲਾਉਣ ਤਾਂ ਜਿੰਨਾ ਵੀ ਸਾਡੀ ਲੋੜ ਹੋਵੇ ਇਹਨਾਂ ਨੂੰ ਤਾਂ ਸਿਸਟਮ ਦਾ ਆਪਦੇ ਹਿਸਾਬ ਨਾਲ ਕਰਨਾ ਇਹਨਾਂ ਇੱਟ ਦੂਜੀ ਲਾਉਣੀ ਆ ਖਰਾਬ ਇੱਟ ਲਾਉਣੀ ਇਹਨਾਂ ਨੇ ਅਸੀਂ ਜਿਹਦਾ ਜੀ ਊਂ ਨਹੀਂ ਹੋਊ ਅਸੀਂ ਕਰਾਵਾਂਗੇ ਹੁਣ ਤਾਂ ਸਾਨੂੰ ਪਤਾ ਲੱਗ ਗਿਆ ਜੇ ਸਾਨੂੰ ਪਤਾ ਲੱਗਦਾ ਉਹਦਾ ਗੱਲ ਵੱਖ ਦੀ ਹੁਣ ਇਹਨਾਂ ਨੇ ਉਹ ਸਾਨੂੰ ਬੁਲਾ ਕੇ ਕਹਿ ਦਿੰਦੇ ਅਸੀਂ ਅੱਜ ਕਹਿ ਦੇ ਤੁਹਾਡੇ ਮੂਹਰੇ ਅੜ ਕੇ ਵੀ ਸਾਨੂੰ ਬੁਲਾਇਆ ਗਿਆ ਹਾਂ ਇੰਨੀ ਡਾਂ ਅਸੀਂ ਰਖਾਈ ਆ ਪੰਚਾਇਤ ਨੇ ਜਦੋਂ ਨਾ ਮੈਨੂੰ ਬੁਲਾਇਆ ਗਿਆ ਨਾ ਪਿੰਡ ਦੇ ਸਰਪੰਚ ਨੂੰ ਕਿਸੇ ਨੂੰ ਨਾ ਮੈਂਬਰ ਨੂੰ ਨਾ ਹੋਰ ਨੂੰ ਜਦੋਂ ਇਸ ਮਾਮਲੇ ਬਾਰੇ ਸਕੂਲ ਦੀ ਮੁੱਖ ਅਧਿਆਪਕਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਇਸ ਸਾਰੇ ਮਾਮਲੇ ਨੂੰ ਜਿੱਥੇ ਬੇਬੁਨਿਆਦ ਦੱਸਿਆ ਉੱਥੇ ਪੂਰੀ ਕਮੇਟੀ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਵੀ ਆਖੀ। 6-7 ਫੁੱਟ ਹੈ ਜੀ ਜੈਂਟਸ ਕੰਮ ਕਰ ਰਹੇ ਮੈਂ ਦੂਜਾ ਰਜਿਸਟਰ ਵਰਕ ਕਰਦੀ ਹੁੰਦੀ ਹਾਂ ਸਾਰਾ ਕੁਛ ਜਾਨੀ ਹੁੰਦੀ ਇਹੋ ਜਿਹੀ ਗੱਲ ਨੀ ਹੈਗੀ ਮੈਂ ਤਾਂ ਨਹੀਂ ਮੰਗਵਾਈ ਐਸਾ ਕੁਛ ਹਮਾਰ ਤਾਂ ਸੇਮ ਹੈ ਸੇਮ ਹੀ ਭੱਠੇ ਤੋਂ ਆਈ ਹੈ ਸੇਮ ਹੀ ਰੇਟ ਹੈ ਮਾਲਪੁਰ ਤੋਂ ਸਰ ਐਸਾ ਹਮ ਕਰੇਂਗੇ ਵੀ ਕਿਉਂ ਐਸਾ ਚਲੀ ਸਾਡਾ ਸਾਰਾ ਕੁਛ ਕਮੇਟੀ ਦੇ ਥਰੂ ਹੋ ਰਿਹਾ ਬੁਲਾ ਬੋਲੀ ਹੋਈ ਹੈ ਤਾਂ ਬੁਲਾਇਆ ਵੈਸੇ ਵੀ ਸਭ ਕੋ ਬੁਲਾਇਆ ਇਹੋ ਜਿਹੀ ਗੱਲ ਨੀ ਸਰ ਬਿਨਾਂ ਕਮੇਟੀ ਦੇ ਅਸੀਂ ਕੰਮ ਕੀਤਾ। ਦਿੜਵਾ ਤੋਂ ਜਾਰ ਟੀਵੀ ਨਿਊਜ਼ ਦੇ ਲਈ ਵਿਨੋਦ ਕੁਮਾਰ ਗੋਇਲ ਦੀ ਰਿਪੋਰਟ।